ਸਤਿ ਸ੍ਰੀ ਅਕਾਲ ਜੀ ਮੈਂ ਪ੍ਰਵੀਨ ਤੁਹਾਡਾ ਬਹੁਤ ਬਹੁਤ ਸਾਰਤਾਰਦਾ ਤੁਹਾਡੇ ਆਪਣੇ ਚੈਨਲ ਜੌਬ ਗੁਰੂ ਪੰਜਾਬ ਦੇ ਵਿੱਚ ਅੱਜ ਆਪਾਂ ਗੱਲ ਕਰ ਰਹੇ ਹਾਂ ਜੀ ਪੰਜਾਬ ਪੁਲਿਸ ਕਾਂਸਟੇਬਲ ਦੀ ਭਰਤੀ ਬਾਰੇ ਕਈ ਬੱਚਿਆਂ ਦੇ ਮੈਸੇਜ ਆ ਰਹੇ ਸੀ ਵੀ ਚੋਨਾ ਕਰਨ ਭਰਤੀ ਕੈਨਸਲ ਹੋ ਸਕਦੀ ਹੈ ਜੀ ਰੱਦ ਹੋ ਸਕਦੀ ਹੈ ਬਹੁਤ ਜ਼ਿਆਦਾ ਮੈਸੇਜ ਠੀਕ ਹੈ ਜੀ ਹੁਣ ਅੱਧੇ ਬੱਚੇ ਤਾਂ ਦੇਖੋ ਇਹ ਵੀਡੀਓ ਦੇਖਦੇ ਸਾਰੇ ਦੇ ਕੱਟ ਦੇਣਗੇ ਪਰ ਮੈਂ ਤੁਹਾਨੂੰ ਇੱਕੇ ਗੁਜਾਰਿਸ਼ ਕਰਾਂਗੇ ਵੀ ਇਹ ਵੀਡੀਓ ਨੂੰ ਪੂਰੀ ਦੇਖੋ ਜੇ ਕੁਝ ਸਮਝ ਚ ਲੈਣਾ ਠੀਕ ਹੈ ਜੀ ਚਲੋ ਵੀਡੀਓ ਸ਼ੁਰੂ ਕਰ ਦਾਂ ਜੀ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਜੀ ਵੀ ਬੱਚਿਓ ਕੋਈ ਵੀ ਭਰਤੀ ਆ ਜਿਹੜੀ ਇਹ ਮੇਨ ਖਾਸ ਕਰਕੇ ਜਿਹੜੀ ਪੰਜਾਬ ਪੁਲਿਸ ਕਨਸਟੇਬਲ ਦੀ ਹੈ ਇਹ ਮੇਰੇ ਤੋਂ ਲਿਖਾ ਕੇ ਲੈ ਲਓ ਵੀ 100% ਸਿਰੇ ਚੜੂਗੀ ਜੀ ਇਹ ਠੀਕ ਹੈ ਜੀ ਉਹ ਵੀ ਮੇਨ ਗੱਲ ਆਇਆ ਜੀ ਵੀ ਤੁਹਾਡੀ ਜਿਹੜੀ ਚੋਣਾਂ ਤੋਂ ਪਹਿਲਾਂ ਪਹਿਲਾਂ ਜੀ ਇਹ ਸਾਰਾ ਫਿਜ਼ੀਕਲ ਤੋਂ ਲੈ ਕੇ ਸਿਲੈਕਸ਼ਨ ਦਾ ਪ੍ਰੋਸੈਸ ਸਾਰਾ ਇਹ ਪੂਰਾ ਹੋ ਜਾਊਗਾ ਜੀ ਠੀਕ ਹੈ ਜੀ ਕਈ ਬੱਚਿਆਂ ਦੇ ਮਨਾਂ ਦੇ ਵਿੱਚ ਇਹੀ ਕੁਐਸਚਨ ਹੈ ਵੀ ਫਿਜ਼ੀਕਲ ਕੀ ਪਤਾ ਹੋਵੇ ਕਦੋਂ ਹੋਊ ਤੁਹਾਨੂੰ ਮੇਨ ਗੱਲ ਫਿਜ਼ੀਕਲ ਦੀ ਹੈ ਜਿਹੜੀ ਉਹ ਵੀ ਤੁਹਾਨੂੰ ਪਿਛਲੇ ਉਹਦੇ ਵਿੱਚ ਦੱਸੇ ਦਿੱਤੀ ਵੀ ਜਿਹੜੀ ਫਿਜ਼ੀਕਲ ਦੇ ਅਨਾਉਂਸਮੈਂਟ ਡੀਐਸਪੀ ਨੇ ਜਿਹੜੇ ਆਪਣੇ ਲੇਡੀਜ਼ ਨੇ ਉਹਨਾਂ ਨੇ ਮਤਲਬ ਅਨਾਉਂਸਮੈਂਟ ਕਰੀ ਸੀ ਵੀ ਕਹਿੰਦੇ ਵੀ ਜਿਹੜੇ ਪਹਿਲੇ ਜਾਂ ਦੂਜੇ ਹਫਤੇ ਦੇ ਵਿੱਚ ਦਸੰਬਰ ਦੇ ਠੀਕ ਹੈ ਜੀ ਵੀ ਜਿਹੜੇ ਫਿਜ਼ੀਕਲ ਨੇ ਉਹ ਹੋ ਜਾਣਗੇ ਜੀ ਪੱਕਾ ਠੀਕ ਹੈ ਜੀ ਵੀ ਜਿਆਦਾ ਡੇਟ ਆ ਜੂਗੀ ਜਾਂ ਫਿਜ਼ੀਕਲ ਅਸਲ ਤਾਂ ਹੋਏ ਜਾਣਗੇ ਵੀ ਤੁਸੀਂ ਡਰਨ ਦੀ ਲੋੜ ਨਹੀਂ ਜਿਹੜਾ ਤੁਹਾਡਾ ਮੈਰਟ ਲਿਸਟ ਹੈ ਉਹ ਵੀ ਛੇਤੀ ਆਊਗੀ ਬਹੁਤ ਜ਼ਿਆਦਾ ਟਾਈਮ ਨਹੀਂ ਕਿਉਂਕਿ ਚੋਣਾਂ ਤੋਂ ਪਹਿਲਾਂ ਪਹਿਲਾਂ ਹੈ ਮਤਲਬ ਨਿਮੇੜ ਦੇਣਗੇ ਜੀ ਸਾਰਾ ਪ੍ਰੋਸੈਸਾ ਜਿਹੜਾ ਉਹ ਪੂਰਾ ਹੋ ਜਾਊਗਾ ਜੀ ਵੀ ਤੁਸੀਂ ਟੈਨਸ਼ਨ ਨਾ ਲਵੋ ਵੀ ਵੱਤ-ਵੱਤ ਤੁਸੀਂ ਫਿਜ਼ੀਕਲ ਦੀ ਤਿਆਰੀ ਖਿੱਚੋ ਠੀਕ ਹੈ ਜੀ ਜਿਆਦੇ ਮੈਸੇਜਾਂ 'ਤੇ ਨਹੀਂ ਧਿਆਨ ਨਾ ਦੇਵੋ ਠੀਕ ਹੈ ਜੀ ਮੇਨ ਗੱਲ ਇੱਕੇ ਗੁਜਾਰਸ਼ ਹੈ ਆਪਣੀ ਵੀ ਵੱਤ-ਵੱਤ ਤਿਆਰੀ ਖਿੱਚੋ ਵੀ ਜਿਆਦੇ ਤੁਹਾਨੂੰ ਇੱਧਰ ਉੱਧਰ ਦੀਆਂ ਗੱਲਾਂ ਨਾ ਸੁਣੋ ਜਿਆਦੇ ਮੈਨੂੰ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਹੈ ਕਈ ਇਹਨਾਂ ਨੂੰ ਥੰਬਨੇਲ ਦੇਖ ਕੇ ਕਹਿ ਦੇਣਗੇ ਵੀ ਭਾਈ ਇਹ ਤਾਂ ਚੋਣਾ ਕਰਨ ਕੈਨਸਲ ਹੋ ਬੱਚੋ ਵੀਡੀਓ ਦੇਖਿਆ ਕਰੋ ਪਹਿਲਾਂ ਪੂਰੀ ਕਿਉਂਕਿ ਆਪਾਂ ਦਦੂਰੀ ਵੀਡੀਓ ਦੇਖਦੇ ਆ ਮੈਂ ਆਪਣੀ ਨਹੀਂ ਕਹਿੰਦਾ ਜਿਦੀ ਮਰਜ਼ੀ ਕਿਸੇ ਦੀ ਵੀ ਵੀਡੀਓ ਦੇਖੋ ਪੂਰੀ ਦੇਖਿਆ ਕਰੋ ਤਾਂ ਜੋ ਪਤਾ ਲੱਗੇ ਤੁਹਾਨੂੰ ਵੀਡੀਓ ਵਿੱਚ ਕਹਾ ਕੀ ਗਿਆ ਕਈ ਬੱਚੇ ਸਿਰਫ ਥੰਬਨੇਲ ਦੇਖ ਕੇ ਕਹਿੰਦੇ ਨੇ ਵੀ ਭਾਈ ਇਹ ਤਾਂ ਕੈਨਸਲ ਹੈ ਤਾਂ ਕੈਨਸਲ ਹੈ ਐ ਨਹੀਂ ਹੁੰਦਾ ਬੱਚਿਓ ਪੂਰੀ ਦੇਖਿਆ ਕਰੋ ਵਿੱਚ ਬਹੁਤ ਗੱਲਾਂ ਗੂੜੀਆਂ ਨੇ ਜਿਹੜੀਆਂ ਤੁਹਾਡੇ ਸਮਝਣ ਵਾਲੀਆਂ ਨੇ ਠੀਕ ਹੈ ਜੀ ਤਾਂ ਜੋ ਆਪਣੇ ਹੁਣ ਜਿਹੜੀ ਫਿਜ਼ੀਕਲ ਦੀ ਡੇਟ ਹੈ ਤਾਂ ਜੋ ਹੁਣ ਮਤਲਬ ਅਨਾਉਂਸ ਹੋ ਜੂਗੀ ਮੇਰੇ ਹਿਸਾਬ ਨਾਲ ਵੀ ਤੁਹਾਡਾ ਨਵੰਬਰ ਨਵੰਬਰ ਦੇ ਵਿੱਚ ਕਾਇਦਨ ਹੈ ਇਹ ਪੱਕਾ ਵੀ ਯਾ ਤਰੀਕ ਨੂੰ ਫਿਜ਼ੀਕਲ ਹੈ ਤੁਹਾਡਾ ਵੀ ਮੇਨ ਗੱਲ ਤੁਹਾਡੇ ਲਈ ਵੀ ਕਿਹਾ ਟਾਈਮ ਬਹੁਤ ਘਟ ਹੈ ਤੁਸੀਂ ਫੇਰ ਆਹੀ ਗੱਲਾਂ ਗੱਲਾਂ ਦੇ ਵਿੱਚ ਟਾਈਮ ਸਾਰਾ ਲੰਘਾ ਦੋਗੇ ਵੀ ਕਿਉਂਕਿ 1600 ਮੀਟਰ ਕਹਿਣੀ ਸੌਖੀ ਨਹੀਂ ਹੈਗੀ ਤੁਸੀਂ ਤਿਆਰੀ ਰੱਖੋ ਤੇ ਬਾਕੀ ਕੁੜੀਆਂ ਨੂੰ ਤਾਂ ਸੌਖੀ ਹੈ ਕੁੜੀਆਂ ਨੂੰ ਸਾਰੀ 800 ਮੀਟਰ ਹੈ ਕਿਉਂਕਿ ਬਹੁਤ ਘੱਟ ਕੁੜੀਆਂ ਸਿਲੈਕਸ਼ਨ ਹੁੰਦੀਆਂ ਨੇ ਜੀ ਮਤਲਬ ਤੁਸੀਂ ਕੁੜੀਆਂ ਤਿਆਰੀ ਰੱਖੋ ਵੀ ਕਿਉਂਕਿ ਕੁੜੀਆਂ ਹੀ ਰੇਸ ਦੇ ਵਿੱਚ ਬਹੁਤ ਘੱਟ ਮਤਲਬ ਪੱਜ ਸਕਦੀਆਂ ਨੇ ਉਹਨਾਂ ਨੂੰ ਮੈਂ ਖਾਸ ਕਹਾਂਗਾ ਬਿਜਲੀ ਤਿਆਰੀ ਹੈ ਬੱਚਿਓ ਫੁੱਲ ਰੱਖੋ ਤਾਂ ਜੋ ਤੁਹਾਨੂੰ ਕੋਈ ਵੀ ਗਾਹਾਂ ਵਾਸਤੇ ਕੋਈ ਤੁਹਾਨੂੰ ਟੈਨਸ਼ਨ ਲੈਣ ਦੀ ਨਾਲ ਪਵੇ ਠੀਕ ਹੈ ਤੁਹਾਡੀ ਸਿਲੈਕਸ਼ਨ ਸਹੀ ਤਰੀਕੇ ਨਾਲ ਹੋ ਜੇ ਤੇ ਬਾਕੀ ਆਪਦੇ ਡਾਕੂਮੈਂਟਾਂ ਦੀ ਜਰੂਰ ਹੋ ਰੱਖੋ ਠੀਕ ਹੈ ਜੀ ਕਈਆਂ ਨੇ ਹਲੇ ਡਾਕੂਮੈਂਟਰੀ ਨਹੀਂ ਤਿਆਰ ਕਰਵਾਏ ਆਪਦਾ ਜਾਤੀ ਸਰਟੀਫਿਕੇਟ ਹੈ ਜਿਹੜੇ ਐਸਸੀ ਬੀਸੀ ਹੋਗੇ ਉਹਨਾਂ ਨੂੰ ਇਹੀ ਹੈ ਗੁਜਾਰਚ ਵੀ ਆਪਦਾ ਐਸਸੀ ਬੀਸੀ ਆਪਦਾ ਜਾਤੀ ਸਰਟੀਫਿਕੇਟ ਜ਼ਰੂਰੀ ਹੈ ਠੀਕ ਹੈ ਜੀ ਇਹ ਜ਼ਰੂਰ ਤਿਆਰ ਕਰਵਾ ਲਓ ਬਾਕੀ ਡਾਕੂਮੈਂਟਾਂ ਦੀ ਪਿਛਲੇ ਵੀਡੀਓ ਆਪਾਂ ਨੇ ਦੇ ਹੀ ਦਿੱਤੀਆਂ ਨੇ ਇਦੇ ਵਿੱਚ ਤੁਹਾਨੂੰ ਦੱਸਤਾ ਵੀ ਕਿਹੜੇ ਕਿਹੜੇ ਡਾਕੂਮੈਂਟਾਂ ਦੀ ਲੋੜ ਆਪਾਂ ਨੂੰ ਉਹ ਡਾਕੂਮੈਂਟ ਤਿਆਰ ਕਰਵਾ ਲਓ ਤੇ ਲਾਸਟ ਵਾਰ ਫਿਰ ਮੈਂ ਇਹੀ ਕਹਿਣਾ ਚਾਹੁੰਦਾ ਤੁਹਾਨੂੰ ਵੀ ਜਿਹੜੀ ਚੋਣਾ ਕਰਨ ਕੋਈ ਭਰਤੀ ਰੱਦ ਨਹੀਂ ਹੋਊਗੀ ਠੀਕ ਹੈ ਜੀ ਨਾ ਕੈਨਸਲ ਹੋਵੇ 100% ਸਿਰੇ ਚੜੂਗੀ ਭਰਤੀ ਤੁਸੀਂ ਬਸ ਆਪਣੀ ਤਿਆਰੀ ਰੱਖੋ ਠੀਕ ਹੈ ਜੀ ਤੇ ਤੇ ਲਾਸਟ ਵਾਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਜੀ ਆਪਣੇ ਟੈਲੀਗ੍ਰam ਗਰੁੱਪ ਬਣਾਇਆ ਹੋਇਆ ਜੀ ਉਹ ਜ਼ਰੂਰ ਜੁਆਇਨ ਕਰ ਲਓ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਵੀ ਦਿੱਤਾ ਗਿਆ ਤੇ ਇੰਸਟਾ ਤੇ ਜ਼ਰੂਰ ਫੋਲੋ ਕਰ ਲਿਆ ਆਪਾਂ ਨੂੰ ਅਸੀਂ ਨਿਊ ਨਿਊ ਅਪਡੇਟਸ ਪਾਉਂਦੇ ਰਹਿੰ ਠੀਕ ਹੈ ਜੀ ਤੇ ਲਾਸਟ ਵਾਰ ਕਹਿਣਾ ਚਾਹਾਂਗੇ ਆਪਣੇ ਚੰਨੂ ਸਬਸਕ੍ਰਾਈਬ ਜਰੂਰ ਕਰ ਲਿਓ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਸਪੋਰਟ ਦੀ ਲੋੜ ਹੈ ਜੀ ਆਪਾਂ ਨੂੰ ਧੰਨਵਾਦ